ਹੈਲੋ ਫਰੈਂਡਸ ਗੁੱਡ ਮਾਰਨਿੰਗ ਨਮਸਕਾਰ ਸਸਿਕਲ ਟਕੀਨੇ ਟਡੇ ਹਾਲ ਐ ਫਰੈਂਡਸ ਅੱਜ ਵੈਲੈਂਟਾਈਨਸ ਡੇ ਆ ਤੇ ਐ ਵੈਲੈਂਟਾਈਨਸ ਡੇ ਵੈਸੀ ਤਾਂ ਹਰ ਹਸਬੰਡ ਵਾਈਫ ਦੀ ਲਾਈਫ ਦੇ ਵਿੱਚ ਰੋਜ਼ ਹੀ ਹੁੰਦਾ ਅਗਰ ਲਾਈਫ ਪਾਰਟਨਰ ਤੁਹਾਡਾ ਅੱਛਾ ਆ ਤੇ ਰੋਜ਼ ਵੈਲੈਂਟਾਈਨਸ ਡੇ ਆ ਸੋ ਕੋਈ ਸਪੈਸ਼ਲ ਡੇ ਦੀ ਜ਼ਰੂਰਤ ਨਹੀਂ ਐ ਨਾ ਚੀਜ਼ਾਂ ਨੂੰ ਬਟ ਹੁਣ ਬਣੀਆਂ ਆ ਬਟ ਆ ਪਿੱਛੇ ਜੇ ਬਰਨ ਕੁਝ ਚਾਕਲੇਟ ਦੇ ਖਾਗ ਦੇ ਆ ਡੇ ਆ ਡੇ ਠੀਕ ਹੈ ਨਾ ਉਹ ਜਿਹੜੇ ਲਾਈਫ ਪਾਰਟਨਰ ਨੂੰ ਵਿਚਾਰੇ ਨੂੰ ਸ਼ੂਗਰ ਹੋ ਗਈ ਤੇ ਉਹ ਚਾਕਲੇਟ ਦੇ ਕਿਵੇਂ ਬਣਾਉਂਗਾ ਇਸ ਕਰਕੇ ਸਭ ਬਨੇ ਤਾਂ ਚਲੋ ਹੁਣ ਫਾਰਮੈਲਟੀ ਡੇਸ ਹੀ ਆ ਬਟ ਵੈਲੈਂਟਾਈਨ ਡੇ ਚਲੋ ਕੁਝ ਇੱਕ ਸਾਲਾਂ ਤੋਂ ਸੀ ਕਰ ਲਈਦਾ ਸੈਲੀਬ੍ਰੇਟ ਪਰ ਹੁਣ ਮੈਨੂੰ ਅੱਜ ਦੱਸਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਹੁਣ ਵਲੌਗ ਬਣਾਉਂਦੀ ਆ ਤੇ ਕੁਝ ਨਾ ਕੁਝ ਮੈਂ ਆਪਣੇ ਹਸਬੰਡ ਨੂੰ ਗਿਫਟ ਕਰ ਦਿੰਨੀ ਆ ਛੋਟਾ ਮੋਟਾ ਉਹ ਮੈਨੂੰ ਗਿਫਟ ਕਰ ਦਿੰਦੇ ਛੋਟਾ ਮੋਟਾ ਬਸ ਇਦਾਂ ਤੇ ਬਾਕੀ ਗਿਫਟ ਵੀ ਕੋਈ ਉਹ ਜ਼ਰੂਰੀ ਨਹੀਂ ਆ ਠੀਕ ਹੈ ਨਾ ਕਿਉਂ ਕਿ ਕਿਉਂਕਿ ਚਲੋ ਇਹ ਪਿਆਰ ਟੋਕਨ ਆਫ ਲਵ ਹੀ ਹੁੰਦਾ ਇੱਕ ਤਰ੍ਹਾਂ ਪਰ ਪਿਆਰ ਤਾਂ ਦਿਲਾਂ ਚ ਆ ਹੈ ਨਾ ਤੇ ਉਸ ਤੋਂ ਵੱਡਾ ਕੋਈ ਗਿਫਟ ਹੀ ਨਹੀਂ ਅਗਰ ਤੁਹਾਡਾ ਹਸਬੰਡ ਤੁਹਾਨੂੰ ਖੁਸ਼ ਰੱਖ ਰਿਹਾ ਤੁਹਾਡੀ ਵਾਈਫ ਤੁਹਾਨੂੰ ਖੁਸ਼ ਰੱਖ ਰਹੀ ਆ ਤੁਸੀਂ ਆਪਣੀ ਲਾਈਫ ਦੇ ਵਿੱਚ ਦੋਨੋਂ ਇੰਜੋਏ ਕਰ ਰਹੇ ਆ ਆਪਣੀ ਜਿੱਦਾਂ ਕਹਿ ਲਓ ਕਿ ਆਪਣੀ ਮੰਜ਼ਿਲ ਦੀ ਪੌੜੀ ਤੁਸੀਂ ਇਕੱਠੇ ਹੱਥ ਫੜ ਕੇ ਚੜ੍ਹ ਰਹੇ ਆ ਨਾ ਤੇ ਉਹ ਤੁਹਾਡਾ ਵੈਲੈਂਟਾਈਨ ਡੇ ਰੋਜ਼ ਹੀ ਆ ਸੋ ਮੈਂ ਹੁਣ ਹਲੇ ਬਾਹਰ ਜਾਣਾ ਆ ਆਪਣੇ ਹਸਬੰਡ ਦੇ ਲਈ ਗਿਫਟ ਲੈਣ ਕਿਉਂਕਿ ਮੇਰੀ ਬੇਟੀ ਬਹੁ ਮਗਰ ਪਈ ਮਮਾ ਮੇਰਾ ਅੱਜ ਮੂਡ ਹੈ ਨਹੀਂ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਫੇਰ ਦੇ ਦੋਗੇ ਨਾ ਲੈ ਮਮਾ ਅਜ ਦੇ ਦਿਨ ਦੇ ਹੀ ਦਾ ਹੁੰਦਾ ਆ ਬ ਕੋਈ ਤਾਂ ਮੈਨੂੰ ਪਤਾ ਆ ਬਟ ਅੱਜ ਥੋੜਾ ਬਾਹਰ ਨਾ ਬਾਰਿਸ਼ ਹੋ ਰਹੀ ਸੀ ਮੇਰਾ ਮੂਡ ਥੋੜਾ ਜਿਹਾ ਚੇਂਜ ਹੋ ਗਿਆ ਐਕਚੁਅਲੀ ਇੱਕ ਦੋ ਮੈਂ ਬੀਸੀਸੀ ਥੋੜਾ ਪਹਿਲਾਂ ਘਰ ਥੋੜਾ ਮੈਂ ਸੈਟਵਰਟ ਕਰ ਰਹੀ ਸੀ ਫੇਰ ਮੰਮੀ ਹੋਣੀ ਕੱਲਾ ਆਏ ਆ ਮੇਰੇ ਤੇ ਥੋੜਾ ਬੀਜ਼ੀ ਸੀਸ ਕਰਕੇ ਮੈਂ ਅੱਜ ਐਤ ਕੀ ਗਿਫਟ ਪਹਿਲਾਂ ਨਹੀਂ ਲਿਆ ਸਕੀ ਪਰ ਹੁਣ ਮੈਂ ਜਾਨੀ ਆ ਤੇ ਚਲੋ ਬਨੇ ਰਹੀਓ ਮੇਰੇ ਨਾਲ ਤੇ ਤੁਹਾਨੂੰ ਸਭ ਨੂੰ ਹੈਪੀ ਵੈਲੈਂਟਾਈਨਸ ਡੇ ਤੁਹਾਡੇ ਸਾਰੇ ਵੈਲ ਤੁਹਾਡੇ ਸਭ ਦੇ ਵੈਲੈਂਟਾਈਨਸ ਤੁਹਾਡੇ ਨਾਲ ਰਹੇ ਤੁਸੀਂ ਖੁਸ਼ ਰਹੋ ਆਬਾਦ ਰਹੋ ਖੁਸ਼ੀ ਖੁਸ਼ੀ ਆਪਣੀ ਲਾਈਫ ਨੂੰ ਸਪੈਂਡ ਕਰੋ ਓਕੇ ਬਣੀ ਰਹੀ ਹਾਂ ਜੀ ਮੇਰੇ ਨਾਲ ਬਲੌਗ ਦੇ ਵਿੱਚ ਹਾਂਜੀ ਫਰੈਂਡਸ ਅੱਜ ਅੰਨੀ ਕਿ ਮੈਂ ਲੇਟ ਹੋ ਗਈ ਨਾ 9:00 ਵਜੇ ਰਾਤ ਦੇ ਮੇਰਾ ਅੱਜ ਚੰਗਾ ਵੈਲੈਂਟਾਈਨ ਡੇ ਬਣਿਆ ਮੈਂ ਨਹੀਂ ਕਿ ਵੀ ਤੁਹਾਨੂੰ ਪਤਾ ਬਾਹਰ ਚਲੇ ਜਾਓ ਤੇ ਮੈਂ ਤੁਹਾਨੂੰ ਦੱਸਿਆ ਥੋੜਾ ਬਾਹਰ ਜਾਣਾ ਸੀਗਾ ਮੈਂ ਸ਼ਾਪਿੰਗ ਕਰਨ ਮਾਰੀ ਜੀ ਥੋੜਾ ਬਤਾ ਸਮਾਨ ਲੈਣ ਵਾਲਾ ਸੀ ਪਰ ਕਰੋ ਨਿਕਲੋ ਤਾਂ ਹੁਣ ਬਸ ਦਹੀਂ ਮੇਰਾ ਬਣ ਗਿਆ ਤੇ ਆਟਾ ਮੈਂ ਗੁੰਨ ਲਿਆ ਆ ਤੇ ਇੱਧਰ ਮੇਰੀ ਬਣ ਰਹੀ ਹੈ ਸ਼ਿਮਲਾ ਮਿਰਚ ਤੇ ਅੱਜ ਸਾਰੇ ਲੇਟ ਹੋ ਗਏ ਬੱਚੇ ਕਹਿੰਦੇ ਬਾਹਰੋਂ ਖਾਣਾ ਹੈ ਉਹਨਾਂ ਨੇ ਉਹਨਾਂ ਨੂੰ ਵੈਲੈਂਟਾਈਨ ਡੇ ਬਣਾਣਾ ਤੇ ਅਸੀਂ ਮੈਂ ਮਤਲਬ ਘਰ ਖਾ ਕੇ ਖੁਸ਼ਾਂ ਜ਼ਿਆਦਾ ਮੈਂ ਸ਼ਮ ਲੰਚ ਬਣਾਈਆ ਫਸੇਰੇ ਕੰਮ ਤੇ ਵੀ ਲੈ ਕੇ ਜਾਣਾ ਉਹਦੇ ਜੌਬ ਤੇ ਇਹਨੇ ਖਾਣਾ ਤੇ ਬਸ ਖਾਣਾ ਬਣਾ ਰਹੀ ਆ ਅੱਜ ਮੈਂ ਕੋਈ ਵੀ ਬਲੌਗ ਬਿਲਕੁਲ ਸ਼ੂਟ ਨਹੀਂ ਕਰ ਸਕੀ ਤੇ ਹੋਪਸੋ ਕਿ ਅੱਜ ਦਾ ਬਲੌਗ ਜਿਹੜਾ ਵਾ ਮੈਂ ਕੱਲ ਦੇ ਬਲੌਗ ਦੇ ਨਾਲ ਮਿਲਾ ਕੇ ਹੀ ਤੁਹਾਨੂੰ ਇਹਨੂੰ ਅਪਲੋਡ ਕਰੂੰਗੀ ਤੇ ਇਸ ਲਈ ਸੌਰੀ ਤੇ ਐਫਰਟਸ ਕਰਦੀ ਆ ਬਾਕੀ ਰਿਜ਼ਲਟ ਤਾਂ ਤੁਸੀਂ ਦੱਸਣਾ ਆ ਫਰੈਂਡਸ ਮੈਂ ਜਿੱਦਾਂ ਤੁਹਾਨੂੰ ਕੱਲ ਨਾ ਐਕਚੁਅਲੀ ਮੈਂ ਬਲੌਗ ਪੂਰਾ ਬਣਾ ਨਹੀਂ ਸਕੀ ਕੁਛ ਇੰਨੀ ਬਿਜ਼ੀ ਹੋ ਗਈ ਸੀ ਤੇ ਉਹੀ ਬਿਜ਼ੀਨੈਸ ਮੇਰੀ ਅੱਦਾ ਹੈ ਕਿ ਅੱਜ ਵੀ ਮੈਂ ਤੁਹਾਨੂੰ ਹੋਪਸੋ ਕਿ ਸ਼ਾਮ ਤੱਕ ਰਾਤ ਤੱਕ ਤੁਹਾਨੂੰ ਕੋਈ ਗੁੱਡ ਨਿਊਜ਼ ਦਵਾਂਗੀ ਤੇ ਐਕਚੁਅਲੀ ਮੇਰੀ ਡਾਟਰ ਇਨ ਲਾ ਡਿਊਆ ਤੇ ਅੱਜ ਉਹ ਹਸਪੀਟਲ ਦੇ ਵਿੱਚ ਆ ਤੇ ਪਲੀਜ਼ ਦੁਆ ਕਰੋ ਕਿ ਉਹਨੂੰ ਬlesing bless ਕਰੋ ਕਿ ਬੇਬੀ ਹੋਰੋ ਠੀਕ ਠਾਕ ਰਹਿਣ ਔਰ ਜਲਦੀ ਹੋ ਉਹ ਵਿਚਾਰੀ ਬਹੁਤ ਪੇਨ ਚ ਤੇ ਥੋੜਾ ਦਿਮਾਗ ਮਨ ਉਧਰ ਆ ਪਰ ਫਿਰ ਵੀ ਮਤਲਬ ਪ੍ਰੇਅਰ ਕਰਦੇ ਪਏ ਘਰ ਬੈਠ ਕੇ ਕਿ ਜਲਦੀ ਜਲਦੀ ਬਸ ਵਿਚਾਰੀ ਕਿਉਂਕਿ ਹਲੇ ਏਜ ਵੀ ਛੋਟੀ ਆ ਤੇ ਉਸ ਹਿਸਾਬ ਨਾਲ ਨਾ ਕਿ ਪਹਿਲਾ ਬੇਬੀ ਆ ਉਹ ਜਿਆਦਾ ਨਰਵਸ ਹੋਈ ਹੋਇਆ ਤੇ ਬਸ ਮੈਂ ਔਰ ਮੇਰੇ ਹਸਬੰਡ ਬੈਠੇ ਸੀਗੇ ਬਸ ਜੀ ਅਰਦਾਸ ਕਰਦੇ ਆ ਪ੍ਰਮਾਤਮਾ ਬਾਰੇ ਬਸ ਸਭ ਠੀਕ ਠਾਕ ਹੋ ਜਵੇ ਬਸ ਵੇਟ ਕਰ ਰਹੇ ਆ ਤੇ ਸਾਡੇ ਘਰ ਇੱਕ ਛੋਟੇ ਜਿਹਾ ਬੇਬੀ ਆ ਜਵੇ ਸਾਨੂੰ ਖੁਦ ਨੂੰ ਨਹੀਂ ਪਤਾ ਬੇਬੀ ਬாய் ਆ ਬੇਬੀ ਗਰਲ ਆ ਕੀ ਆ ਜੋ ਵੀ ਆ ਬਸ ਇਹ ਆ ਕਿ ਤੰਦਰੁਸਤ ਆਵੇ ਬਸ ਤੇ ਤੰਦਰੁਸਤੀ ਮਿਲੇ ਮੇਰੀ ਡਾਟਰ ਇਨ ਲਾ ਨੂੰ ਵੀ ਆਉਣ ਵਾਲੇ ਬੱਚੇ ਨੂੰ ਵੀ ਵੈਸੇ ਹੀ ਪ੍ਰੇਅਰ ਕਰਦੇ ਆ ਤੇ ਬਨੇ ਰਹਿਣਾ ਮੇਰੇ ਬਲੌਗ ਦੇ ਵਿੱਚ ਤੇ ਉਮੀਦ ਹੈ ਕਿ ਰਾਤ ਤੱਕ ਸਾਨੂੰ ਗੁੱਡ ਨਿਊਜ਼ ਮਿਲ ਜੀ ਤੇ ਬਸ ਫਿਲਹਾਲ ਮਤਲਬ ਬੜੀ ਐਕਸਾਈਟਮੈਂਟ ਆ ਕਿ ਫਟਾਫਟ ਹੁੰ ਬੇਬੀ ਆ ਜਾਵੇ ਤੇ ਬੇਬੀ ਨੂੰ ਦੇਖੀਏ ਤੇ ਸਾਰੇ ਘਰ ਦੇ ਮੈਂਬਰ ਬੜੇ ਐਕਸਾਈਟਿਡ ਐ ਇਸ ਵੇਲੇ ਹੈਲੋ ਹਾਂਜੀ ਫਰੈਂਡਸ ਮੈਂ ਤੁਹਾਨੂੰ ਸੇਰੇ ਕਿਹਾ ਸੀ ਨਾ ਕਿ ਇੱਕ ਖੁਸ਼ਖਬਰੀ ਆਣ ਵਾਲੀ ਆ ਸਾਡੇ ਤੇ ਸਾਡੇ ਇੱਕ ਪਿਆਰੀ ਜੀ ਪਰੀ ਆ ਚੁੱਕੀ ਆ ਸਾਡੀ ਪ੍ਰਿੰcess ਤੇ ਬੱਸ ਉਹਦੇ ਵੈਲਕਮ ਲਈ ਆ ਦੇਖੋ ਮੈਂ ਅੱਜ ਫੇਰ ਦੀ ਥੋੜੀ ਬਿਜ਼ੀ ਸੀ ਮੈਂ ਮੇਰੀ ਡਾਟਰ ਮੇਰੀ ਡਾਟਰ-ਇਨ-ਲॉ ਅਸੀਂ ਇੱਧਰ ਬੱਸ ਉਹਨਾਂ ਦਾ ਰੂਮ ਵਗੈਰਾ ਡੈਕੋਰੇਟ ਕਰਦੇ ਚੁਨਾਂਦੇ ਬਟ ਬੇਬੀ ਦੇ ਕਲੋਥਸ ਵਗੈਰਾ ਤਿਆਰ ਕਰਨੇ ਸੀ ਹੋਰ ਬੱਸ ਇਸ ਕਰਕੇ ਤੇ ਬਾਕੀ ਆਪਣੀਆਂ ਬਲੇਸਿੰਗਸ ਦੇ ਦਿਓ ਮੇਰੀ ਡਾਟਰ ਇਨ ਲਾ ਨੂੰ ਤੇ ਸਾਡੀ ਬੇਬੀ ਨੂੰ ਸਾਡੀ ਬੇਬੀ ਪ੍ਰਿੰਸੈਸ ਨੂੰ ਤੇ ਇਹ ਬਹੁਤ ਵੱਡੀ ਖੁਸ਼ਖਬਰੀ ਅੱਜ ਮੈਂ ਦਾਦੀ ਬਣ ਗਈ ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਆ ਇਹ ਮੈਂ ਤੁਹਾਨੂੰ ਦੱਸਣਾ ਸੀ ਜਿੱਦਾਂ ਰਾਤੀ ਮੈਂ ਬਲੌਗ ਤੇ ਸਾਡੇ ਘਰ ਕਿ ਮੰਨੂ ਪਰ ਆ ਚੁੱਕੀ ਆ ਤੇ ਹੁਣ ਥੋੜਾ ਜਿਹਾ ਸ਼ਡਿਊਲ ਵੀ ਬਿਜ਼ੀ ਹੋ ਜਾਣਾ ਇਸੇ ਕਰਕੇ ਮੈਂ ਇਹਨਾਂ ਦਿਨਾਂ 'ਚ ਬਲੌਗ ਨਹੀਂ ਪਾ ਸਕੀ ਰੈਗੂਲਰ ਮੈਂ 2-3 ਦਿਨਾਂ ਦਾ ਅੱਜ ਇਕੱਠਾ ਪਾ ਰਹੀ ਹਾਂ ਤੇ ਇਹ ਮੈਂ ਬਲੌਗ ਇੱਥੇ ਖਤਮ ਕਰਦੀ ਹਾਂ ਕਿਉਂਕਿ ਅੱਜ ਨੈਕਸਟ ਮਾਰਨਿੰਗ ਮੇਰੀ ਐਂਡਿੰਗ ਕਰ ਰਹੀ ਹਾਂ ਤੇ ਅੱਜ ਵੀ ਨਵਾਂ ਬਲੌਗ ਬਣਾਉਣ ਦੀ ਕੋਸ਼ਿਸ਼ ਕਰੂੰਗੀ ਅਗਰ ਬੇਬੀ ਹਸਪੀਟਲ ਤੋ ਆ ਗਈ ਤੇ ਉਹਦੇ ਨਾਲ ਬਣਾਵਾਂਗੀ ਨਹੀਂ ਤਾਂ ਫਿਰ ਹੁਣ ਵੈਸੇ ਬੰਦ ਹੀ ਰਹਿਣੀ ਹੈ ਉਹਦੇ ਨਾਲ ਤੇ ਜੁੜੇ ਰਹਿਣਾ ਮੇਰੇ ਨਾਲ ਥੈਂਕ ਯੂ ਸੋ ਮਾਚ ਲਵ ਯੂ ਲਵ ਯੂ ਆਲ ਗੋਡ ਬles ਯੂ ਆਲ